ਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਸਿੱਧੂ ਮੂਸੇਵਾਲੇ ਦਾ ਨਾਮ ਬਹੁਤ ਸੁਣਿਆ ਸੀਗਾ। ਮੇਰੇ ਪੁੱਤ ਦਾ ਸੇਵਾ ਠੰਡਾ ਨਹੀਂ ਹੋਇਆ, ਮੇਰੇ ਪੁੱਤ ਦੀ ਸੇਵੇ ਤੇ ਰਾਜਨੀਤੀ ਕਰ ਰਹੀਆਂ ਪੋਲੀਟੀਕਲ ਪਾਰਟੀਆਂ। ਪਿਤਾ ਦਾ ਕਤਲ ਹੋਇਆ ਸੀਗਾ 1981 ਚ, ਮੈਂ ਦੁੱਖ ਨੂੰ ਸਮਝ ਸਕਦਾ। ਔਰ ਜਿਹੜੀ ਵੀ ਇਨਕੁਆਇਰੀ ਹੋ ਰਹੀ ਹੈ ਇਮੀਡੀਏਟਲੀ ਠੀਕ ਡਾਇਰੈਕਸ਼ਨ ਹੋਣੀ ਚਾਹੀਦੀ ਹੈ। ਦਿੱਲੀ ਦੀ ਸਰਕਾਰ ਜਿਹੜੀ ਹੈ ਜੇਲ੍ਹਾਂ ਉਹਦੇ ਥੱਲੇ ਆਉਂਦੀਆਂ ਨੇ। ਆਪਾਂ ਇੱਥੇ ਕੈਨੇਡਾ ਮਾਰਦੇ ਪਏ ਹਾਂ, ਹੋਰ ਅਰੈਸਟ ਕਰਦੇ ਪਏ ਹਾਂ ਬਾਕੀ ਜਗ੍ਹਾ ਤੋਂ। ਜੇ ਤੁਹਾਡੀ ਜੇਲ੍ਹ 'ਚ ਬੰਦੇ ਬੈਠੇ ਆ ਤਾਂ ਸਾਰੀ ਗੱਲ ਖੁੱਲ੍ਹ ਜਾਣੀ ਚਾਹੀਦੀ ਹੈ। ਬਹੁਤ ਮੰਦਭਾਗੀ ਘਟਨਾ ਹੈ ਕਿ ਜੋ ਹੋਇਆ ਇਹ ਲਾਅ ਐਂਡ ਆਰਡਰ ਦੀ ਵੀ ਗੱਲ ਹੈ। ਔਰ ਇੱਕ ਬੱਚਾ ਜਿਹੜਾ ਇੱਕ ਬਹੁਤ ਛੋਟੀ ਉਮਰ ਦੇ ਵਿੱਚ ਗੁਰੂ ਨੇ ਉੱਤੇ ਬਖਸ਼ਿਸ਼ ਕੀਤੀ ਸੀ, ਹਾਲਾਂਕਿ ਮੈਂ ਉਹ ਗਾਣੇ ਨਾ ਸੁਣੇ ਆ, ਲੇਕਿਨ ਮੈਂ ਅੱਜ ਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਸਿੱਧੂ ਮੂਸੇਵਾਲੇ ਦਾ ਨਾਮ ਬਹੁਤ ਸੁਣਿਆ ਸੀਗਾ ਔਰ ਜਿਸ ਤਰੀਕੇ ਨਾਲ ਲੋਕ ਉਹਨੂੰ ਫੋਲੋ ਕਰਦੇ ਸੀਗੇ। ਔਰ ਅੱਜ 6ਵਾਂ ਦਿਨ ਹੈ, ਹਾਲੇ ਤੱਕ ਪੁਲਿਸ ਕੋ ਗੱਲ ਸਾਹਮਣੇ ਕੰਕਰੀਟ ਨਹੀਂ ਰੱਖ ਸਕੀ ਹੈ। ਸ਼ਟਲ ਕੋਕ ਵਾਕਣ ਹੋ ਰਿਹਾ ਕਿ ਇਹਦੀ ਸੀਬੀਆਈ ਇਨਕੁਆਇਰੀ ਕੀਤੀ ਜਾਵੇ, NIA ਕਰੇ, ਸਟੇਟ ਕਰੇ, ਕੌਣ ਕੀ ਕਰੇ। ਪਰ ਸਭ ਤੋਂ ਵੱਡਾ ਦੁੱਖ ਮਾਤਾ ਦਾ ਦੁੱਖ ਅਸੀਂ ਸਾਰੇ ਸਮਝਦੇ ਹਾਂ, ਪਰ ਜੋ ਉਹਨਾਂ ਦੇ ਪਿਤਾ ਨਾਲ ਮੇਰੀ ਹੁਣੇ ਮੁਲਾਕਾਤ ਹੋਈ ਹੈ ਉਹ ਇੱਕੋ ਗੱਲ ਨੂੰ ਰੋ ਰਹੇ ਆ। ਉਹ ਆਖਦੇ ਆ ਕਿ ਮੇਰੇ ਪੁੱਤ ਦਾ ਸੇਵਾ ਠੰਡਾ ਨਹੀਂ ਹੋਇਆ ਔਰ ਮੇਰੇ ਪੁੱਤ ਦੀ ਸੇਵੇ 'ਤੇ ਰਾਜਨੀਤੀ ਕਰ ਰਹੀਆਂ ਪੋਲੀਟੀਕਲ ਪਾਰਟੀਜ਼। ਔਰ ਉਹ ਸਭ ਤੋਂ ਖਫਾ ਨੇ, ਉਹ ਸਭ ਤੋਂ ਦੁਖੀ ਨੇ। ਉਹ ਆਖਦੇ ਨੇ ਕਿ ਤੁਸੀਂ ਆਪਣੀ ਰਾਜਨੀਤੀ ਕਿਤੇ ਹੋਰ ਲੈ ਜਾਓ, ਮੈਨੂੰ ਮੇਰੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਇਕੱਲਾ ਛੱਡ ਦਿਓ, ਮੈਨੂੰ ਇਨਸਾਫ਼ ਚਾਹੀਦਾ ਹੈ, ਮੈਨੂੰ ਇਨਸਾਫ਼ ਦੇ ਦਿਓ। ਮੈਂ ਸਮਝਦਾ ਵਾਂ ਕਿ ਇਹ ਦੁੱਖ ਜਿਹੜਾ ਪਿਤਾ ਦਾ ਹੈਗਾ, ਕੋਈ ਉਹਨਾਂ ਨੂੰ ਟਿਕਟਾਂ ਔਫਰ ਕਰ ਰਿਹਾ, ਕੋਈ ਉਹਨਾਂ ਨੂੰ ਕੁਛ ਔਫਰ ਕਰ ਰਿਹਾ, ਮੈਂ ਸਮਝਦਾ ਕਿ ਉਹ ਪਿਤਾ ਇਸ ਵੇਲੇ ਬਹੁਤ ਦੁਖੀ ਹੈ। ਆਪਣੇ ਵੇਦਾਂ 'ਚ ਕਿਹਾ ਹੋਇਆ ਕਿ ਪੁੱਤਰ ਦੀ ਲਾਸ਼ ਪਿਓ ਦੇ ਮੋਢੇ ਦੇ ਉੱਤੇ ਧਰਤੀ 'ਤੇ, ਇਸ ਤੋਂ ਭਾਰ ਵੱਡਾ ਕੋਈ ਨਹੀਂ। ਮੇਰੇ ਪਰਿਵਾਰ 'ਚ ਮੇਰੇ ਪਿਤਾ ਦਾ ਕਤਲ ਹੋਇਆ ਸੀਗਾ 1981 'ਚ, ਮੈਂ ਦੁੱਖ ਨੂੰ ਸਮਝ ਸਕਦਾ। ਮੇਰੀ 22 ਸਾਲ ਦੀ ਉਮਰ ਸੀਗੀ ਕਿ ਜਿਸ ਤਰੀਕੇ ਨਾਲ ਪਰਿਵਾਰ 'ਤੇ ਬੀਤਦੀ ਹੈ। ਅੱਜ ਇੱਥੇ ਭੀੜ ਲੱਗੀ ਹੈ, ਅਸੀਂ ਵੀ ਦਿੱਲੀਓਂ ਤੁਰ ਕੇ ਆਏ ਹਾਂ। 8 ਤਰੀਕ ਨੂੰ ਭੋਗ ਪੈ ਜਾਏਗਾ, ਹੌਲੀ ਹੌਲੀ ਲੋਕ ਬੰਦ ਹੋ ਜਾਣਗੇ। ਇਹ ਸਾਰੀ ਉਮਰ ਇਹ ਮਾਤਾ ਪਿਤਾ ਇਹਨਾਂ ਦੇ ਕਲੋਜ਼ ਜਿਹੜੇ ਰਿਸ਼ਤੇਦਾਰ ਆ ਇਹਨਾਂ ਨੇ ਕੱਟਣੀ ਹੈ। ਮੈਂ ਉਹਦੇ ਪਿਤਾ ਦਾ ਦੁੱਖ ਸਮਝਦਾ ਵਾਂ। ਮੈਂ ਵੀ ਅਪੀਲ ਕਰਾਂਗਾ ਕਿ ਰਾਜਨੀਤਿਕ ਪਾਰਟੀਆਂ ਨੂੰ ਆਪਣੀਆਂ ਇਲੈਕਸ਼ਨਾਂ ਆਪੇ ਹੀ ਲੜ ਲਓ। ਇਸ ਪਰਿਵਾਰ ਨੂੰ ਸਿਆਸੀ ਤੌਰ 'ਤੇ ਹਲੇ ਉਹਦਾ ਸੇਵਾ ਠੰਡਾ ਨਹੀਂ ਹੋਇਆ, ਇਹ ਸੇਵਾ ਇਸ ਇਹਨਾਂ ਨਾਲ ਸਿਆਸਤ ਨਾ ਕੀਤੀ ਜਾਵੇ। ਔਰ ਜਿਹੜੀ ਵੀ ਇਨਕੁਆਇਰੀ ਹੋ ਰਹੀ ਹੈ ਇਮੀਡੀਏਟਲੀ ਠੀਕ ਡਾਇਰੈਕਸ਼ਨ 'ਚ ਹੋਣੀ ਚਾਹੀਦੀ ਹੈ ਔਰ ਉਹ ਜਿਹੜੇ ਕਾਤਲ ਨੇ ਲੱਭੇ ਜਾਣੇ ਚਾਹੀਦੇ ਨੇ। ਮੈਂ ਸਮਝਦਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਕਾਤਲ ਸਾਹਮਣੇ ਆਉਣਗੇ। ਜੇ ਮੈਂ ਉਸ ਪਾਸੇ ਨੂੰ ਤੁਰਾਂ, ਦਿੱਲੀ ਦੀ ਜੇਲ੍ਹ ਦੇ ਵਿੱਚ ਵੱਡੇ ਗੈਂਗਸਟਰ ਬੈਠੇ ਆ ਜਿਨ੍ਹਾਂ ਦਾ ਨਾਂ ਵੱਜਦਾ ਪਿਆ, ਬਿਸ਼ਨੋਈ ਗੈਂਗ ਜਿਨ੍ਹਾਂ ਦਾ ਨਾਂ ਵੱਜਦਾ ਪਿਆ। ਦਿੱਲੀ ਦੀ ਸਰਕਾਰ ਜਿਹੜੀ ਹੈ ਜੇਲ੍ਹਾਂ ਉਹਦੇ ਥੱਲੇ ਆਉਂਦੀਆਂ ਨੇ। ਆਪਾਂ ਇੱਥੇ ਰੇਡਾਂ ਮਾਰਦੇ ਪਏ ਹਾਂ, ਹੋਰ ਅਰੈਸਟ ਕਰਦੇ ਪਏ ਹਾਂ ਬਾਕੀ ਜਗ੍ਹਾ ਤੋਂ। ਜੇ ਤੁਹਾਡੀ ਜੇਲ੍ਹ 'ਚ ਬੰਦੇ ਬੈਠੇ ਆ ਤਾਂ ਸਾਰੀ ਗੱਲ ਖੁੱਲ੍ਹ ਜਾਣੀ ਚਾਹੀਦੀ ਹੈ, ਸਾਰੀ ਗੱਲ ਸਾਹਮਣੇ ਆ ਜਾਣੀ ਚਾਹੀਦੀ ਹੈ। ਇੱਥੇ ਵੀ ਸਰਕਾਰ ਤੁਹਾਡੇ ਕੋਲ ਹੈ, ਦਿੱਲੀ ਦੀ ਜੇਲ੍ਹ ਤੁਹਾਡੇ ਕੋਲ ਆ। ਮੈਂ ਸਮਝਦਾ ਕਿ ਜੇ ਕੋਈ ਲਿੰਕ ਹੈਗਾ ਉੱਤੇ ਸਿਆਸਤ ਨਾ ਕੀਤੀ ਜਾਵੇ, ਜੇ ਲਿੰਕ ਹੈਗਾ ਤਾਂ ਸਾਹਮਣੇ ਕੱਢ ਕੇ ਲਿਆਉਣਾ ਚਾਹੀਦਾ। ਕਿੰਨਾ ਚਿਰ ਲੱਗਦਾ ਜੇ ਠੀਕ ਤਰੀਕੇ ਨਾਲ ਰਾਜਨੀਤੀ ਕੀਤੀ ਜਾਵੇ, ਜੇ ਠੀਕ ਤਰੀਕੇ ਨਾਲ ਇਨਕੁਆਇਰੀ ਕੀਤੀ। ਗੱਲ ਇਹ ਹੈ ਕਿ ਜੋ ਉਹਨਾਂ ਦੇ ਪਰਿਵਾਰ ਦੀ ਭਾਵਨਾ ਹੈ ਸਟੇਟ ਨੂੰ ਸਰਕਾਰ ਨੂੰ ਉਸਦੀ ਇੱਜ਼ਤ ਕਰਨੀ ਚਾਹੀਦੀ ਹੈ, ਉਸਨੂੰ ਅਹਿਮੀਅਤ ਦੇਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦੀ ਸੈਟਿਸਫੈਕਸ਼ਨ ਜ਼ਰੂਰੀ ਹੈ, ਇਹਨਾਂ ਦੀ ਸੈਟਿਸਫੈਕਸ਼ਨ ਜ਼ਰੂਰੀ ਹੈ। ਇਹ ਜਿਸ ਤੋਂ ਇਨਕੁਆਇਰੀ ਕਰਾਉਣਾ ਚਾਹੁੰਦੇ ਆ, ਡਰ ਕੀ ਹੈ ਸਾਨੂੰ, ਖੌਫ ਕੀ ਹੈ, ਕੋਈ ਆ ਕੇ ਇਨਕੁਆਇਰੀ ਕਰ ਲਵੇ, ਸਾਨੂੰ ਕਿਸ ਚੀਜ਼ ਦਾ ਡਰ ਹੈਗਾ ਇਸ ਤੋਂ।